ਹੈਲੋ, ਕੀ ਹਾਲ ਜੀ ਮੇਰੇ ਵੀਰਾਂ ਦਾ। ਮੈਂ ਤੁਹਾਡਾ ਆਪਣਾ ਏਕਮ ਸਾਈਕਲਿਸਟ ਪੰਜਾਬ, ਅਤੇ ਸਵਾਗਤ ਆ ਤੁਹਾਡਾ ਮੇਰੇ ਯੂਟਿਊਬ ਚੈਨਲ 'ਚ। ਅੱਜ ਥੋੜ੍ਹਾ ਬਈ ਚੱਲਿਆ ਜੀ ਗੜੀ ਛੜੀ ਮਾਰਨ, ਅਤੇ ਵੀਡੀਓ ਨੂੰ ਪੂਰਾ ਦੇਖਿਓ। ਗੜੀ ਛੜੀ ਮੈਂ ਕਿ ਰੈਪੀਡੋ ਕਰਨ ਚੱਲਿਆ ਜੇ ਤੁਹਾਡਾ ਬਾਈ। ਮੈਂ ਚੱਲ ਥੋੜ੍ਹੇ ਜਿਹੇ ਪੈਸੇ ਜੋੜ ਲਈਏ, ਤਾਂ ਕਰਕੇ ਹੁਣ ਸਾਈਕਲਿੰਗ ਕਰਨ ਨਹੀਂ ਜਾ ਰਿਹਾ। ਮੈਂ ਘੱਟ ਜਾ ਰਿਹਾ। ਆ ਪਹਿਲੀ ਰਾਈਡ ਪੈ ਗਈ ਆ ਜਮਾਲਪੁਰ। ਜਮਾਲਪੁਰ ਚੌਂਕ 'ਚ ਇੱਕ ਬੰਦਾ ਖੜ੍ਹਾ ਵਾ, ਉਹਨੂੰ ਮੈਂ ਕਿਹਾ ਬਾਈ 12 ਕੁ ਮਿੰਟ ਲੱਗ ਜਾਣਗੇ, 12-13 ਮਿੰਟ ਜੇ ਗਿਆਸਪੁਰ ਵਾਲਾ ਫਾਟਕ ਬੰਦ ਨਾ ਆਇਆ 12 ਮਿੰਟ। ਜੇ ਬੰਦ ਆਇਆ ਫਿਰ ਲੇਟ ਹੋ ਜੂਗਾ ਮੈਂ। ਕਹਿੰਦਾ ਕੋਈ ਚੱਕਰ ਨਹੀਂ, ਮੈਂ ਖੜ੍ਹ ਜੂੰਗਾ, ਤੁਸੀਂ ਆ ਜਾਓ। ਹੁਣ ਜਾ ਰਿਹਾ ਤੁਹਾਡਾ ਬਾਈ। ਗਿਆਸਪੁਰਾ ਫਿਰ ਸਿੱਧਾ ਹੀ ਜਾਵਾਂਗੇ ਅੱਗੇ। ਉਹ ਖੜ੍ਹਿਆ ਜੇ ਜਮਾਲਪੁਰ ਚੌਂਕ 'ਚ। ਅਤੇ ਹਾਂ ਮੇਰੇ ਵੀਰੋ, ਇੱਕ ਗੱਲ ਦਾ ਜ਼ਰੂਰ ਧਿਆਨ ਰੱਖੋ, ਜੇ ਤੁਸੀਂ ਆਹ ਕੰਮ ਕਰਦੇ ਹੋ ਨਾ, ਤਾਂ ਤੁਸੀਂ ਪਾਵਰ ਬੈਂਕ ਜ਼ਰੂਰ ਰੱਖੋ। ਇਹਦੇ ਨਾਲ ਇਹ ਕਿ ਤੁਸੀਂ ਸਾਰੀ ਦਿਹਾੜੀ ਲਗਾਤਾਰ ਕੰਮ ਕਰ ਸਕਦੇ ਹੋ ਪਾਵਰ ਬੈਂਕ ਨਾਲ। ਜੇ ਇਕੱਲੇ ਫੋਨ ਦੇ ਆਸਰੇ ਫਿਰ 6 ਘੰਟੇ 5 ਘੰਟੇ ਬਸ। ਸੋਰੀ ਮੇਰੇ ਵੀਰੋ, ਮੈਨੂੰ ਭੁਲੇਖਾ ਪੈ ਗਿਆ ਸੀ, ਬੰਦਾ ਗਿਆਸਪੁਰੇ ਫਾਟਕ ਖੜ੍ਹਾ ਸੀ, ਅਤੇ ਹੁਣ ਮੈਂ ਉਹਨੂੰ ਛੱਡਣ ਜਾ ਰਿਹਾ ਜੇ ਆਪਣਾ ਜਮਾਲਪੁਰ ਚੌਂਕ। ਜਮਾਲਪੁਰ ਚੌਂਕ ਛੱਡਣ ਜਾ ਰਿਹਾ ਉਹਨੂੰ ਮੈਂ, ਭੁਲੇਖਾ ਪੈ ਗਿਆ ਸੀ ਮੇਰੇ ਵੀਰੋ, ਸੋਰੀ, ਮਾਫ਼ ਕਰਿਓ। ਗਿਆਸਪੁਰੇ ਫਾਟਕਾਂ 'ਤੇ ਖੜ੍ਹਿਆ ਸੀ। 2-3 ਦਿਨ ਤੋਂ ਮੇਰੇ ਇੱਧਰਲੇ ਗੇੜੇ ਪੈ ਰਹੇ ਇੱਧਰਲੀ, ਕਿਉਂਕਿ ਇਸ ਟਾਈਮ ਬੰਦੇ ਡਿਊਟੀ ਜਾਂਦੇ ਆ ਨਾ, ਤਾਂ ਕਰਕੇ ਇੱਧਰ ਦਾ ਗੇੜੇ ਠਾਹ ਕਰਕੇ ਪੈਂਦੇ, ਠਾਹ ਕਰਕੇ। ਚਲੋ ਜੀ, ਵੀਡੀਓ ਨੂੰ ਪੂਰਾ ਦੇਖੋ, ਅਗਲਾ ਗੇੜਾ ਵੀ ਪੈ ਗਿਆ ਜੇ, ਠੀਕ ਆ, ਚੱਲਦੇ ਹਾਂ ਅਤੇ ਸ਼ਾਮਾਂ ਨੂੰ ਤੁਹਾਨੂੰ ਦੱਸਾਂਗੇ ਕਿੰਨੇ ਪੈਸੇ ਬਣੇ ਆ। ਵੀਰ ਮੇਰਾ, ਹੌਲੀ ਲੈ ਕੇ ਜਾ ਕਰ ਸਕੂਲ ਦੇ ਜਵਾਕਾਂ ਨੂੰ, ਕਿੱਦਾਂ ਭਜਾਈ ਜਾਂਦੇ ਆ। ਮੇਰੇ ਵੀਰ, ਜੇ ਮੈਂ ਸਕੂਟਰੀ ਚਲਾਉਂਦਾ ਮੋਟਰਸਾਈਕਲ, ਬਿਲਕੁਲ ਕਾਲੀ ਨਹੀਂ ਕਰਦਾ, ਆਰਾਮ ਨਾਲ ਮਜ਼ੇ ਨਾਲ। ਅਗਲੇ ਨੂੰ ਕਹਿ ਦਿਓ ਬਾਈ 5 ਮਿੰਟ ਲੇਟ ਪਹੁੰਚਾਂਗੇ, ਸਬਰ ਕਰ ਲਿਓ। ਵਿੱਚ ਆਪਣੇ ਫਾਇਦਾ ਜੀ, ਭਜਾਵਾਂਗੇ ਵਿੱਚ ਵੱਜਾਂਗੇ। ਆ ਦੇਖੋ ਜਿਵੇਂ ਚੌਂਕ ਆ ਗਿਆ ਜੀ, ਮੋੜ ਤੋਂ ਮਿਸ ਆ ਮੇਰੇ ਵੀਰੋ, ਸਲੋ ਮੁੜਿਆ ਕਰੋ ਤੁਸੀਂ, ਸਲੋ ਮੋੜ ਤੋਂ, ਠੀਕ ਆ। ਚਲੋ ਵੀਡੀਓ ਦਾ ਆਨੰਦ ਲਓ, ਮਿਊਜ਼ਿਕ ਦਾ ਨਾਂ ਨਾਲ। ਚਲੋ ਜੀ, ਸਵਾਗਤ ਆ ਤੁਹਾਡਾ ਮੇਰੀ ਅਗਲੀ ਵੀਡੀਓ 'ਚ। ਅਤੇ ਅੱਜ ਸੰਡੇ ਆ, ਟਾਈਮ ਹੋਇਆ ਜੀ 6:15। ਹੁਣ ਚੱਲਦੇ ਹਾਂ ਅੱਗੇ ਰਾਈਡ 'ਤੇ, ਰਾਈਡ ਕਰਨ ਚੱਲਿਆ ਤੁਹਾਡਾ ਬਾਈ। ਵੀਡੀਓ ਨੂੰ ਪੂਰਾ ਵੇਖਿਓ, ਤੁਹਾਨੂੰ ਤਾਂ ਪਤਾ ਲੱਗੂ। ਚਲੋ ਚੱਲਦੇ ਹਾਂ। ਅਤੇ ਚਲੋ ਜੀ, ਘਰੋਂ ਨਿਕਲ ਗਏ ਹਾਂ, ਜਾ ਰਿਹਾ ਤੁਹਾਡਾ ਬਾਈ ਸਾਈਕਲਿੰਗ ਕਰਨ। ਇੱਥੋਂ ਜਾਵਾਂਗੇ ਪਹਿਲਾਂ ਵਿਸ਼ਕਰਮਾ ਚੌਂਕ, ਫਿਰ ਜਾਵਾਂਗੇ ਸਤਲੁਜ ਦਰਿਆ, ਸ਼ਨੀਗਾਓਂ ਜਾਵਾਂਗੇ, ਉੱਥੋਂ ਦੀ ਰਾਈਡ ਸ਼ੁਰੂ ਕਰਾਂਗੇ। ਚਲੋ ਜੀ, ਪਹੁੰਚ ਗਏ ਵਿਸ਼ਕਰਮਾ ਚੌਂਕ।
ਹੁਣ ਇੱਥੇ ਆਉਣਗੇ ਭਾਅ ਜੀ, ਫਿਰ ਨਾਲ ਜਾਵਾਂਗੇ ਉਹਨਾਂ ਦੀ। ਇੱਥੇ ਭਾਅ ਜੀ ਕਾਰ ਲੈ ਕੇ ਆਉਣਗੇ, ਕਾਰ 'ਚ ਫਿਰ ਸਾਈਕਲ ਰੱਖ ਕੇ ਫਿਰ ਜਾਵਾਂਗੇ ਅੱਗੇ। ਲੋ ਜੀ ਮੇਰੇ ਵੀਰੋ, ਗੱਡੀ ਵਾਲਾ ਪ੍ਰੋਗਰਾਮ ਕੈਂਸਲ, ਹੁਣ ਸਾਈਕਲ ਚਲਾ ਕੇ ਜਾਣਾ ਪੈਣਾ, ਦੱਸਿਆ ਨਹੀਂ ਭਾਅ ਜੀ ਨੇ, ਹੁਣ ਜੈਕਟ ਪਾ ਕੇ ਸਾਈਕਲਿੰਗ ਕਰਨੀ ਪੈਣੀ। ਚਲੋ ਮੇਰੇ ਵੀਰੋ, ਠੰਡ ਬਹੁਤ ਜ਼ਿਆਦਾ, ਜਿਹਦੇ ਕਰਕੇ ਅਸੀਂ ਜਲੰਧਰ ਦਾ ਪ੍ਰੋਗਰਾਮ ਕੈਂਸਲ ਕਰਤਾ ਜੀ। ਹੁਣ ਇੱਥੇ ਮੁੜ ਜਾਣਾ, ਚਾਹ ਪੀ ਕੇ ਸਾਈਕਲ ਆ ਲਾਏ ਆ ਢਾਬੇ 'ਤੇ ਬਹਿ ਕੇ, ਹੁਣ ਚਾਹ ਪੀਵਾਂਗੇ, ਇੱਥੇ ਮੁੜ ਜਾਵਾਂਗੇ। ਉਹ ਵੀ ਠੰਡ ਬਹੁਤ ਜ਼ਿਆਦਾ, ਮੈਂ ਵੀ ਜੈਕਟ ਪਾ ਲਈ, ਕੱਢ ਕੇ ਦੇਖੋ। ਲਓ ਜੀ ਉਹ ਲਾਏ ਜੀ ਸਾਈਕਲ ਸਾਹਮਣੇ, ਅਤੇ ਅੰਦਰ ਮੇਰੀ ਅਚਾਨਕ ਨਿਗਾਹ ਪਈ ਆ, ਦੇਖੋ ਇੱਕ ਵਾਰੀ ਮੈਂ ਗਿਆ ਅੰਦਰ। ਅਤੇ ਕਛੂਆ ਬਹੁਤ ਵੱਡਾ ਦੇਖੋ, ਚਲੋ ਤਿਆਰ ਹੋ ਭਾਜੀ, ਵਾਪਸ ਜਾਣਾ ਕਿ ਅੱਗੇ ਆਉਣਾ ਦੱਸੋ। ਚਲੋ ਮੇਰੇ ਵੀਰੋ ਦਾ ਧੁੰਦ ਸੀ, ਉਹਨੂੰ ਵੇਖ ਕੇ ਅਸੀਂ ਸੋਚਿਆ ਮੁੜਾਂਗੇ, ਅਤੇ ਹੁਣ ਅੰਦਰੋਂ ਖਾ ਕੇ ਬਾਹਰ ਆਏ ਹਾਂ, ਅਤੇ ਮੌਸਮ ਬਹੁਤ ਵਧੀਆ ਹੋ ਗਿਆ, ਹੁਣ ਜਾਵਾਂਗੇ ਅੱਗੇ, ਫਗਵਾੜੇ ਤੱਕ ਜਾਵਾਂਗੇ, ਉੱਥੋਂ ਟਰਨਿੰਗ ਲਵਾਂਗੇ। ਲੈ ਮੋਬਾਇਲ ਦਿਓ, ਤੁਹਾਡੀ ਘੈਂਟ ਜੀ ਫੋਟੋ ਖਿੱਚਾ। ਹਾਂ ਬਹੁਤ ਮਹਿੰਗਾ, ਤੁਸੀਂ ਮੈਨੂੰ ਵੀ ਨਹੀਂ ਪਤਾ ਕਿੰਨਾ ਮਹਿੰਗਾ ਦੱਸਣ, ਜ਼ਿਆਦਾ ਲੈ ਜਾਓ ਹੋਰ ਸਾਢੇ ਚਾਰ ਲੱਖ ਦਾ। ਚਲੋ ਦੱਸਤਾ ਜੀ ਸਾਢੇ ਚਾਰ ਲੱਖ, ਮੈਨੂੰ ਲੱਗਾ ਭਾਅ ਜੀ ਕਹਿਣਗੇ 20-30 ਹਜ਼ਾਰ ਦਾ। ਬੁੜਾ ਹੈ ਨਾ, ਪੈਸੇ ਜੁੜਦੇ ਜੁੜਦੇ ਫਿਰ ਇੱਕ ਸਾਈਕਲ ਆਉਣਾ ਹੈ ਨਾ। ਚਲੋ ਯੂ ਟਰਨਿੰਗ ਲਾ ਲਈਏ।
ਤੋਲੇ ਮੈਂ ਹੁਣ ਜੱਟ ਵੀ ਚੇਂਜ ਕਰ ਲਈ ਉੱਪਰਲੀ ਜੱਟ ਖੋਲ ਕੇ ਬੈਗ 'ਚ ਪਾ ਲਈ ਆ ਦੇਖੋ ਅਤੇ ਹਵੇਲੀ ਆਪਾਂ ਮੇਰੇ ਵੀਰੋ ਤਾਂ ਨਹੀਂ ਗਏ ਟਾਈਮ ਬਹੁਤ ਜ਼ਿਆਦਾ ਲੱਗਣਾ ਸੀ ਤਾਂ ਕਰਕੇ ਅਸੀਂ ਫਗਵਾੜੇ ਤੋਂ ਯੂ ਟਰਨਿੰਗ ਲੈ ਲਈ ਫਗਵਾੜੇ ਤੋਂ 4 ਕਿਲੋਮੀਟਰ ਪਹਿਲਾਂ ਉਹ ਜੀ ਟਾਈਮ ਨਾਲ ਹੀ ਪਹੁੰਚ ਗਏ ਆਪਾਂ ਜਲੰਧਰ ਬਾਈਪਾਸ ਹੁਣ ਅੱਗੇ ਤੁਹਾਨੂੰ ਪਤਾ ਹੀ ਆ ਰਾਈਟ ਹੋ ਜਾਣਾ ਸਾਰਿਆਂ ਨੇ ਆਪਾਂ ਸਹੀ ਸਲਾਮਤ ਪਹੁੰਚ ਗਏ ਜਲੰਧਰ ਤੱਕ ਅਤੇ ਵੀਡੀਓ ਦਾ ਆਨੰਦ ਲਓ ਵੇਖੀ ਜਾਓ ਬਸ ਜੇ ਵਧੀਆ ਲੱਗੇ ਸ਼ੇਅਰ ਕਰੀ ਜਾਓ ਘੰਟਾ ਘਰ ਇਹਨੂੰ ਕਹਿੰਦੇ ਘੰਟਾ ਘਰ ਘੰਟੇ ਦੇ ਵਜੋਂ ਆ ਗਈ ਚਲੋ ਜੀ ਆ ਤਿੰਨੇ ਆਪਣੇ ਵੀਰ ਭਰਾ ਵਿਸ਼ਵਕਰਮਾ ਚੌਂਕ ਤੋਂ ਰਾਈਟ ਹੋ ਜਾਣਗੇ ਗਿੱਲ ਰੋਡ ਨੂੰ ਅਤੇ ਤੁਹਾਡਾ ਬਾਈ ਸਿੱਧਾ ਜਾਊਗਾ ਮੈਂ ਵੀ ਇਹਨੂੰ ਜਾ ਸਕਦਾ ਘਰ ਪੈ ਜਾਏਗਾ ਮੇਰਾ ਵੀ ਇੱਧਰ ਨੂੰ ਜ਼ਿਆਦਾ ਨਹੀਂ 2-3 ਕਿਲੋਮੀਟਰ ਦਾ ਹੀ ਬਸ ਫਰਕ ਪੈਂਦਾ ਵੱਧ ਸਿੱਧਾ 2 ਕਿਲੋਮੀਟਰ ਘੱਟ ਪਏਗਾ ਓਕੇ ਭਾਅ ਜੀ ਓਕੇ ਚਲੋ ਜੀ ਯਾਰ ਨਹੀਂ ਮੁੜ ਗਏ ਸੱਜੇ ਨੂੰ ਅਤੇ ਤੁਹਾਡਾ ਏਕਮ ਸਾਈਕਲਿਸਟ ਪੰਜਾਬ ਚਲੇ ਗਏ ਸਿੱਧਾ ਦਿੱਲੀ ਚਲਿਆ ਮੈਂ ਦਿੱਲੀ ਵੀਡੀਓ ਨੂੰ ਪੂਰਾ ਦੇਖੋ ਤਾਂ ਹੀ ਮੈਂ ਬੈਗ ਭਰਿਆ ਜੇ ਵੇਖੋ ਫਿਰ ਚੱਲਦੇ ਹਾਂ ਸਿੱਧਾ ਹੀ ਦਿੱਲੀ ਇੱਥੋਂ 330-340 ਕਿਲੋਮੀਟਰ ਹੈਗਾ ਹੋਏ ਚਲੋ ਮੈਨੂੰ ਘਰ ਆਏ ਨੂੰ 1/2 ਘੰਟਾ ਹੋ ਗਿਆ ਵਾ ਅਤੇ ਰੈਡੀ ਹੋਇਆ ਵਾ ਹਜੇ ਰੋਟੀ ਵੀ ਨਹੀਂ ਖਾਧੀ ਹੈਗੀ ਮੈਂ ਅਤੇ ਹੁਣ ਮੈਂ ਚੱਲਿਆ ਵਾਂ ਆਪਣੇ ਭਰਾ ਨਾਲ ਉਹਦੇ ਕੰਮ ਚੱਲਿਆ ਸੀ ਫਿਰ ਆ ਕੇ ਫਿਰ ਇੱਕ ਭਾਜੀ ਦਾ ਕੰਮ ਕਰਨਾ ਸਟੇਸ਼ਨ ਜਾਣਾ ਫਿਰ ਇੱਕ ਫਰੈਂਡ ਹੋਰ ਆ ਉਹਦੀ ਵੀ ਹੈਲਪ ਕਰਨੀ ਆ 3 ਜਣਿਆਂ ਦੀ ਹੈਲਪ ਕਰਨੀ ਮੈਂ ਅਤੇ ਹੁਣ ਚੱਲਦੇ ਹਾਂ ਅਤੇ ਬਾਹਰ ਕੰਮ ਹੋ ਰਿਹਾ ਵਾ ਜਦੋਂ ਮੈਂ ਸਾਈਕਲਿੰਗ ਕਰਕੇ ਘਰ ਆਇਆ ਨਾ ਐਂ ਸੜਕ ਭਰ ਗਈ ਸਾਰੀ ਦੇਖੋ ਤੁਹਾਨੂੰ ਮੈਂ ਸੜਕ ਦਿਖਾਉਂਦਾ ਰੋਡ ਦਿਖਾਉਂਦਾ ਤੁਹਾਨੂੰ ਪੂਰੀ ਭਰ ਗਈ ਜੇ ਅਤੇ ਵਧਾਈ ਹੋਵੇ ਲੈਂਟਰ ਪੈਣ ਦੇ ਜੇ ਫਿਰ ਉੱਤੇ ਤੱਕ ਵੇਖੋ ਵੀਡੀਓ ਨੂੰ ਯੋ ਚਲੋ ਜੀ ਤੁਹਾਨੂੰ ਉੱਪਰਲਾ ਵਿਊ ਦਿਖਾਉਂਦੇ ਹਾਂ ਕੰਮ ਦਾ
ਤੇਰਾ ਸਾਈਕਲ ਲੈ ਗਿਆ ਕੋਈ? ਚੁੱਕ ਕੇ ਲੈ ਗਿਆ? ਸਾਈਕਲ ਹੈ ਨਹੀਂ, ਕਿੱਥੇ ਲਾਇਆ ਸੀ? ਹੈ ਨਹੀਂ ਸਾਈਕਲ, ਚੁੱਕ ਕੇ ਲੈ ਗਿਆ ਕੋਈ? ਕਿੱਥੇ ਜੀ? ਉਹ ਛੁੱਟੀ ਅੱਜ ਕੀ ਕਰਨਾ ਫਿਰ ਅੱਜ ਸਾਰਾ ਦਿਨ? ਉਹ ਇੱਥੋਂ ਦੇਖ ਸਕਦਾ ਉਹ ਹੀ ਸਾਈਕਲ ਲੈ, ਚੁੱਕ ਕੇ ਲੈ ਜੋ। ਪਰ ਇੱਕ ਗੱਲ ਆ ਮੇਰੇ ਵੀਰੋ, ਧੁੱਪ ਬੜੀ ਘੈਂਟ ਲੱਗੀ ਆ ਕੋਠੇ, ਮਜ਼ਾ ਆ ਰਿਹਾ ਧੁੱਪੇ, ਜਾਨ ਪੈ ਗਈ ਸਰੀਰ 'ਚ। ਚਲੀਏ ਘੁੰਮਣ ਫਿਰਨ, ਚਲੀਏ, ਲੈਟਸ ਗੋ। ਹਾਂਜੀ, ਕਿੱਧਰ ਚਲੀਏ ਸੰਗਤਾਂ? ਅੱਛਾ ਅੱਛਾ, ਰੱਖ ਬਾਗ, ਓਕੇ, ਚਲੋ ਘੁੰਮੋ, ਵੀਡੀਓ ਬਣਾਇਓ, ਸੈਂਡ ਕਰ ਦਿਓ ਮੈਨੂੰ, ਠੀਕ ਆ, ਤੁਹਾਡੀ ਵੀਡੀਓ ਵੀ ਐਡ ਕਰ ਦੂੰਗਾ। ਓਕੇ, ਚੰਗਾ ਭਾਜੀ, ਚਲੋ ਜੀ ਚੱਲਦੇ ਹਾਂ, ਰੈਪਿਡੋ ਕਰਨ, ਗੇੜੀ ਛੇੜੀ ਵੱਜੂਗੀ ਨਾਲ ਨਾਲ, ਦੋ ਚਾਰ ਪੈਸੇ ਬਣ ਜੂਗੇ, ਦੋ ਚਾਰ ਮਤਲਬ 200-400 ਬਸ, ਇਸ ਤੋਂ ਵੱਧ ਨਹੀਂ, ਇਸ ਤੋਂ ਵੱਧ ਬਣੂਗੇ ਜੇ ਮੈਂ ਪੂਰਾ ਦਿਨ ਲਾਊਂਗਾ ਫਿਰ ਬਣੂਗੇ, 3-4 ਘੰਟੇ ਵਾਸਤੇ ਤਾਂ ਆਪਣੇ ਇੰਨੇ ਬਣੂਗੇ, 3-4 ਘੰਟੇ ਦੇ ਵਿੱਚ 300 ਜਾਂ 380 ਜਾਂ 270 ਇੰਨੇ ਕਿਤੇ ਐਵਰੇਜ ਨਿਕਲ ਹੁੰਦੀ ਆ। ਹੁਣ ਐਪ ਮੈਂ ਓਪਨ ਕੀਤੀ ਆ ਪਰ ਹਜੇ ਤੱਕ ਕੋਈ ਰੈਡ ਨਹੀਂ ਪਈ, ਕਾਲ ਨਹੀਂ ਪਈ, ਕਿਉਂਕਿ ਮੈਂ ਦੂਰ ਹੈਗਾ ਹਾਲੇ, ਥੋੜ੍ਹਾ ਜਿਹਾ ਮੈਨੂੰ ਚਲਾ ਕੇ 4 ਕਿਲੋਮੀਟਰ ਅੰਦਰ ਜਾਣਾ ਪੈਣਾ ਸ਼ਹਿਰ ਦੇ ਵਿੱਚ, ਫਿਰ ਧੱਕ ਪਊਗੀ, ਫਿਰ ਗੱਡੇ ਠਾਹ ਮਿਲੂਗੇ। ਚਲੋ ਜੀ, ਜਿਵੇਂ ਕਿ ਤੁਸੀਂ ਦੇਖ ਲੈਣਾ ਵਾ, ਫੋਟੋ ਸਕਰੀਨਸ਼ੋਟ ਮੈਂ ਲੈ ਕੇ ਰੱਖੇ ਸੀ, ਪਹਿਲੀ ਰੈਡ ਪਈ ਸੀ ਅਤੇ ਮੈਂ ਜ਼ਿਆਦਾ ਦੂਰ ਸੀ, 3 ਕਿਲੋਮੀਟਰ ਦੂਰ ਆ, ਮੈਂ ਤਾਂ ਚੁੱਕ ਲਈ ਸੀ, ਅਗਲੇ ਨੇ ਵੇਖਿਆ ਨਾ ਆਹ ਬਾਈਕ ਵਾਲਾ ਬੜੀ ਦੂਰ ਆ, ਫਿਰ ਉਹਨੇ ਕੈਂਸਲ ਕਰਤੀ ਰਾਈਡ, ਫਿਰ ਉੱਧਰ ਮੈਂ ਓਕੇ ਕਰਤਾ ਕਿ ਹਾਂ ਕੈਂਸਲ ਹੋ ਗਈ ਆ, ਹੁਣ ਜਾ ਰਿਹਾ ਵਾਂ ਥੋੜ੍ਹਾ ਜਿਹਾ ਅੱਗੇ, ਫਿਰ ਕਾਲ ਆਊਗੀ, ਫਿਰ ਚੁੱਕਦੇ ਹਾਂ, ਦਿਖਾਉਂਦੇ ਹਾਂ ਤੁਹਾਨੂੰ। ਚਲੋ ਜੀ, ਮੈਂ ਫਾਟਕਾਂ ਲਾਗੇ ਖੜ੍ਹਾ ਸੀ ਅਤੇ ਹੁਣ ਉਹ ਸਾਹਮਣੇ ਦੁਗਰੀ ਚੌਂਕ ਆ ਗਿਆ, ਉੱਧਰ ਲੈਫਟ ਹੋ ਜਾਣਾ ਵਾ, ਫਿਰ ਸਿੱਧਾ ਜਾਣਾ ਵਾ, ਖੱਬੇ ਪਾਸੇ ਖੜ੍ਹਾ ਹੋਣਾ ਕੋਈ, ਫਿਰ ਉਹਨੂੰ ਚੱਕਾਂਗੇ, OTP ਲਵਾਂਗੇ, ਉਹਨੂੰ ਛੱਡਣ ਜਾਵਾਂਗੇ ਅੱਗੇ, ਵੀਡੀਓ ਨੂੰ ਪੂਰਾ ਦੇਖੋ। ਚਲੋ ਜੀ, ਜਿਵੇਂ ਤੁਸੀਂ ਦੇਖ ਲਿਆ ਹੋਣਾ ਕਿੰਨੇ ਪੈਸੇ ਬਣੇ, ਕਿੰਨਾ ਕਿਲੋਮੀਟਰ ਚਲਾਇਆ, ਲੋਈ ਮੇਰੇ ਵੀਰੋ
ਇੱਕ ਹੀ ਗੇੜਾ ਮਿਲਿਆ ਜੇ, ਜਿਹੜੇ ਦੋ ਗੇੜੇ ਸੀ ਦੋਵੇਂ ਕੈਂਸਲ ਹੋ ਗਏ ਸੀ। ਮੈਂ ਉਹਨਾਂ ਦੀ ਰੇਂਜ ਤੋਂ ਕਾਫੀ ਦੂਰ ਸੀ ਤਾਂ ਕਰਕੇ ਹੁਣ ਮੈਂ ਥੋੜ੍ਹਾ ਜਿਹਾ ਅੱਗੇ ਜਾ ਰਿਹਾ, ਸ਼ਾਇਦ ਕਾਲ ਆ ਜੇ ਕਿਸੇ ਦੀ। ਦੇਖਣ ਲਿਆ ਮੇਰੇ ਵੀਰੋ, ਮੇਰਾ ਆਈਡੀਆ ਸਹੀ ਸੀ ਆਪਣਾ, ਥੋੜ੍ਹਾ ਜਿਹਾ ਅੱਗੇ ਆਇਆ, ਰਾਈਡ ਪੈ ਗਈ ਚਿੰਮਾ ਚੌਂਕ ਤੋਂ ਰਾਈਟ ਹੋਣਾ, ਉੱਧਰ ਇੱਕ ਵੀਰ ਖੜਾ ਵਾ, ਉਹਨੂੰ ਚੱਕਾਂਗੇ ਜਾ ਕੇ। ਚਲੋ ਮੇਰੇ ਵੀਰੋ, ਵੀਰ ਨੂੰ ਗਲੀ 'ਚ ਲਾ ਤਾ ਸੀ ਉਹਦੇ ਘਰ, 22 ਰੁਪਏ ਬਣੇ ਸੀ। ਹੁਣ ਥੋੜ੍ਹਾ ਜਿਹਾ ਅੱਗੇ ਚੱਲਦੇ ਹਾਂ, ਇੱਥੇ ਮੈਂ ਖੜ੍ਹਿਆ ਸੀ 10 ਮਿੰਟ, ਕਿਸੇ ਦੀ ਕਾਲ ਨਹੀਂ ਆਈ, ਅੱਗੇ ਚੱਲਦੇ ਹਾਂ। ਅਤੇ ਚਲੋ ਮੇਰੇ ਵੀਰੋ, ਹੁਣ ਆਪਾਂ ਜਾਵਾਂਗੇ ਇੱਧਰੋਂ ਮਾਰਕੀਟ ਤੋਂ ਹੁੰਦੇ ਹੁੰਦੇ ਮਾਡਲ ਟਾਊਨ ਜਾਵਾਂਗੇ, ਇਸ਼ਮੀਤ ਸਿੰਘ ਚੌਂਕ, ਉੱਥੇ ਸਮਾਨ ਦੇਵਾਂਗੇ। ਹਾਂ ਦੇਖ ਸਕਦੇ ਹੋ, ਅਤੇ ਵੀਡੀਓ ਨੂੰ ਪੂਰਾ ਦੇਖਿਓ, ਠੀਕ ਆ। ਅਤੇ ਹੁਣ ਆਪਾਂ ਚੱਲਦੇ ਹਾਂ ਰਾਈਡ 'ਤੇ, ਠੀਕ ਆ, ਬਿਨਾਂ ਸਕਿੱਪ ਕਰਕੇ ਦੇਖਿਓ ਆਪਣੇ ਭਰਾ ਦੀ ਵੀਡੀਓ ਨੂੰ, ਅਤੇ ਜਿਨ੍ਹਾਂ ਵੀਰਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਕਰ ਦਿਓ। ਬਹੁਤ ਤਕੜਾ ਜਾਮ ਲੱਗ ਗਿਆ ਮੇਰੇ ਵੀਰੋ, ਬਹੁਤ ਤਕੜੇ ਵਾਲਾ। ਚਲੋ ਮੇਰੇ ਵੀਰੋ, ਅੱਜ ਜ਼ਿਆਦਾ ਨਹੀਂ 5 ਗੇੜੇ ਲੱਗੇ ਆ, ਅਤੇ ਪੈਸੇ ਬਣ ਗਏ ਸੀ 222 ਰੁਪਏ, 222 ਰੁਪਏ ਬਣੇ ਜੀ, ਅਤੇ ਮੈਨੂੰ ਬਚੇ ਆ 195 ਰੁਪਏ ਮੈਨੂੰ। ਲਓ ਜੀ, ਗ੍ਰੀਨ ਲਾਈਟ ਵੀ ਹੋ ਗਈ, ਬਹੁਤ ਵਧੀਆ। ਅੱਜ ਵੀ ਕਿਸਮਤ ਚੰਗੀ, ਪਰ ਧਿਆਨ ਨਾਲ ਕਰਨਾ ਪੈਣਾ, ਲੋਕਾਂ ਨੇ ਵਿੱਚ ਮਾਰ ਨਾ ਲਿਆ ਕੇ। ਅਤੇ ਉਦੋਂ ਵੀ ਗ੍ਰੀਨ ਲਾਈਟ ਹੋ ਗਈ ਸੀ ਆਪਣਾ ਦੁਰਗਾ ਮਾਤਾ ਮੰਦਿਰ ਦੇ, ਜਿਹੜਾ ਸਾਹਮਣੇ ਚੌਂਕ ਆ ਨਾ, ਪਿੱਛੋਂ ਦੀ ਮੈਂ ਦੇਖਦਾ ਰਿਹਾ, ਰੈੱਡ ਹੀ ਜੋ ਲੱਗ ਗਿਆ, ਗ੍ਰੀਨ ਹੋ ਗਈ, ਰੁਕਣਾ ਨਹੀਂ ਪਿਆ ਅੱਜ, ਵਧੀਆ ਸੀ। ਹੁਣ 5 ਗੇੜੇ ਲੱਗੇ, ਮੈਂ ਲਾਉਣ ਹੋਰ ਵੀ ਲਾ ਸਕਦਾ ਸੀ, ਸਰੀਰ ਥੱਕਦਾ ਪਿਆ ਸੀ ਥੋੜ੍ਹਾ ਥੋੜ੍ਹਾ। ਮੈਂ ਚੱਲ ਹੁਣ ਚੱਲਦੇ ਹਾਂ ਘਰੇ, ਥੋੜ੍ਹਾ ਥੋੜ੍ਹਾ ਜੋੜਦੇ ਹਾਂ, ਜਿੱਦਾਂ 195 ਰੁਪਏ ਬਣੇ ਆ ਜਿਹੜੇ, ਇਹਚੋਂ ਜੂਸ ਪੀ ਲੂੰਗਾ 40-50 ਦਾ, ਬਾਕੀ ਬਚਾ ਕੇ ਰੱਖ ਲਵਾਂਗਾ 100 ਰੁਪਈਆ। ਠੀਕ ਆ, ਮਾੜਾ ਮੋਟਾ ਆਪਣਾ ਖਰਚਾ ਪਾਣੀ ਨਿਕਲ ਜਾਏਗਾ, ਸਵੇਰੇ ਸਾਈਕਲਿੰਗ, ਸ਼ਾਮੀ ਰੈਪੀਡੋ। ਚਲੋ ਜੀ, ਹੁਣ ਮੈਂ ਘਰ ਆ ਗਿਆ ਵਾਂ, ਪੂਰੇ 8 ਵੱਜ ਗਏ ਆ, ਉਦੋਂ 7:50 ਦੇ ਆਸ ਪਾਸ ਹੋ ਰਿਹਾ ਸੀ ਟਾਈਮ,
ਤੇ ਘਰ ਦੇ ਗਏ ਆ ਨਾਨੀ ਘਰੇ, ਹੁਣ ਮੈਂ ਵੀ ਚੱਲਦਾ ਤੇ ਲਾਈਟ ਕਰ ਦਿੰਦੇ ਆ ਬੰਦ ਰਸੋਈ ਦੀ, ਕੱਲੀ ਅੰਦਰਲੀ ਚੱਲਦੀ ਰਹਿਣ ਦਿੰਦੇ ਆ ਮੇਰੇ ਵੀਰੋ, ਤੁਸੀਂ ਵੀ ਇੱਦਾਂ ਹੀ ਕਰਿਆ ਕਰੋ, ਇੱਕ ਅੱਧੀ ਲਾਈਟ ਜਗਾ ਕੇ ਜਾਇਆ ਕਰੋ, ਗੇਟ ਵਾਲਾ ਕਰ ਦਿੰਦੇ ਆ ਬੰਦ, ਚੂਹਾ ਬਿੱਲੀ ਨਾ ਵੜ ਜਾਵੇ ਅੰਦਰ। ਪੌੜੀਆਂ ਦੀ ਵੀ ਕੁੰਡੀ ਲਾਤੀ ਮੈਂ, ਚਾਬੀ 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 ਕਿੱਥੇ ਗਈ, ਗੇਟ ਦੀ ਚਾਬੀ 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 ਆ ਪਈ ਫਰਿੱਜ ਉੱਤੇ। ਚਲੋ ਫਿਰ ਚੱਲਦੇ ਹਾਂ, ਲੈਟਸ ਗੋ। ਬੰਦ ਆ ਗੇਟ, ਚਲੋ ਲੈਟਸ ਗੋ, ਚਲੀਏ ਨਾਨੀ ਘਰੇ। ਚਲੋ ਜੀ, ਪੱਖਾ ਵੀ ਬੰਦ ਕਰਤਾ, ਲਾਈਟ ਬਾਹਰ ਦੀ ਜਗਾ ਦਿੰਦੇ ਇੱਕ। ਚਲੋ ਫਿਰ ਚੱਲਦੇ ਹਾਂ।